ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕੋ ਸਿੱਖ ਦੀ ਲੁਧਿਆਣਾ ਪਲਾਂਟੇਸ਼ਨ ਟੀਮ ਗੁਰੂ ਨਾਨਕ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਨਾਲ ਲੱਗਦੇ ਗਰਾਊਂਡ ਵਿੱਚ ਆਈ ਹੈ। ਅੱਜ ਦਾ ਜਿਹੜਾ ਮੁੱਖ ਉਦੇਸ਼ ਆਉਣ ਦਾ ਇਹ ਸੀਗਾ ਕਿ ਗੁਰੂ ਨਾਨਕ ਸਾਹਿਬ ਦੇ ਅਗਲੇ ਸਾਲ ਆਉਣ ਵਾਲੇ 2019 ਵਿੱਚ 550 ਸਾਲਾ ਗੁਰਪੁਰਬ ਨੂੰ ਮੁੱਖ ਰੱਖਦੇ 550 ਰੁੱਖ ਗੁਰੂ ਦੇ ਨਾਮ ਮੁੱਖ ਮੁਹਿੰਮ ਤਹਿਤ ਅੱਜ ਅਸੀਂ ਪਲਾਂਟੇਸ਼ਨ ਇੱਥੇ ਕੀਤੀ ਹੈ। ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿੱਥੇ ਜਿੱਥੇ ਖਾਲੀ ਥਾਂ ਇਹੋ ਜਿਹੀ ਜਿਵੇਂ ਇੱਥੇ ਗਰਾਊਂਡਸ ਨੇ ਤੇ ਲੋਕੈਲਿਟੀ ਵਿੱਚ ਜਿਹੜੇ ਆਪਣੇ ਨਾਲ ਰੈਜੀਡੈਂਟਸ ਨੇ ਜਿਵੇਂ ਅੱਜ ਸਾਡੇ ਨਾਲ ਮੋਲ ਟਾਊਨ ਦੇ ਰੈਜੀਡੈਂਟ ਸਾਡੇ ਨਾਲ ਆਏ ਨੇ, ਏਦਾਂ ਸਾਰੇ ਮਿਲ ਜੁਲ ਕੇ ਅਸੀਂ ਪੂਰੇ ਦੁਨੀਆਂ ਭਰ ਵਿੱਚ 10 ਲੱਖ ਰੁੱਖ ਲਗਾਉਣ ਦਾ ਟੀਚਾ ਜਿਹੜਾ ਪੂਰਾ ਕਰਨਾ ਜੀ। ਅਸੀਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ 10 ਲੱਖ ਰੁੱਖ ਲਗਾ ਕੇ ਉਹਨਾਂ ਦੇ ਅਗਲੇ ਗੁਰਪੁਰਬ ਤੇ ਤੋਹਫਾ ਦਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।